ਅੱਜ ਆਪਾਂ ਕਰਾਂਗੇ ਦੋ ਰੈਂਡਮ ਇਮੇਜ ਜੋ ਪੇਪਰ ਦੇ ਵਿੱਚ ਮਲਟੀਪਲ ਟਾਈਮਸ ਰਿਪੀਟ ਹੁੰਦੀਆਂ ਹੈ। ਸੋ ਫਸਟ ਜਿਹੜੀ ਇਮੇਜ ਆ ਇਹਦੇ ਵਿੱਚ ਜਿਵੇਂ ਤੁਸੀਂ ਦੇਖ ਸਕਦੇ ਹੋ ਕੰਟੈਂਟ ਬਹੁਤ ਘੱਟ ਲਿਖਿਆ ਹੋਇਆ, ਬਟ ਆਪਾਂ ਜਿਹੜੀਆਂ ਚੀਜ਼ਾਂ ਜਾਂ ਐਲੀਮੈਂਟ ਆਪਾਂ ਨੂੰ ਦਿਖ ਰਹੇ ਆ ਉਹਨਾਂ ਨੂੰ ਯੂਜ਼ ਕਰਕੇ ਹੀ ਆਪਾਂ ਇੱਕ ਵਧੀਆ ਡਿਸਕ੍ਰਾਈਬ ਇਮੇਜ ਜਿਹੜੀ ਆ ਬਣਾ ਸਕਦੇ ਹਾਂ। ਜਿਵੇਂ ਇਸ ਦੇ ਵਿੱਚ ਆਪਾਂ ਆਰਾਮ ਦੇ ਨਾਲ ਕੰਪਿਊਟਰ ਬਾਰੇ ਗੱਲ ਕਰ ਸਕਦੇ ਹਾਂ, ਇੱਕ ਬੋਏ ਬਾਰੇ ਗੱਲ ਕੀਤੀ ਜਾ ਸਕਦੀ ਆ, ਯੈਸ ਨੋ ਬਾਰੇ ਗੱਲ ਕੀਤੀ ਜਾ ਸਕਦੀ ਆ, ਐਂਡ ਇੰਪੋਰਟੈਂਟ ਟਿਪ ਤੁਸੀਂ ਲੈਫਟ ਐਂਡ ਰਾਈਟ ਕਿਸੇ ਵੀ ਇਮੇਜ ਬੋਲ ਸਕਦੇ ਹੋ ਭਾਵੇਂ ਉਹ ਇੱਕ ਰੈਂਡਮ ਇਮੇਜ ਆ ਜਾਂ ਕੋਈ ਗ੍ਰਾਫ ਆ। ਓਕੇ, ਇਹਦੇ ਵਿੱਚ ਹੋਰ ਵੀ ਡਿਟੇਲਸ ਨੇ ਜਿਹੜੀਆਂ ਐਡ ਕੀਤੀਆਂ ਜਾ ਸਕਦੀਆਂ ਦੇ ਐਗਜ਼ਾਮਪਲ ਦੇ ਤੌਰ ਤੇ ਜਿਵੇਂ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਕੰਪਿਊਟਰ ਸਕਰੀਨ ਆ, ਤੁਸੀਂ ਮੋਨੀਟਰ ਵੀ ਬੋਲ ਸਕਦੇ ਹੋ, ਕੀਬੋਰਡ ਬਾਰੇ ਵੀ ਗੱਲ ਕਰ ਸਕਦੇ ਹੋ, ਐਂਡ ਈਵਨ ਸਿਟਿੰਗ ਪੋਜੀਸ਼ਨ ਬਾਰੇ ਵੀ ਗੱਲ ਕਰ ਸਕਦੇ ਹੋ। ਕਿ ਜੇ ਸਪੋਜ਼ ਤੁਸੀਂ ਰੈਂਡਮ ਇਮੇਜ ਯੂਜ਼ ਕਰ ਰਹੇ ਹੋ ਤਾਂ ਉਹਦੇ ਵਿੱਚ ਨੰਬਰ ਆਫ ਥਿੰਗਸ ਬੋਲਦਾ ਕਰੋ, ਕਿਉਂਕਿ ਪਿਕਚਰ ਦੇ ਵਿੱਚ ਬਹੁਤ ਥਿੰਗਸ ਹੁੰਦੀਆਂ ਨੇ, ਸੋ ਨੰਬਰ ਆਫ ਥਿੰਗਸ ਕਿਤੇ ਵੀ ਤੁਸੀਂ ਯੂਜ਼ ਕਰ ਸਕਦੇ ਹੋ। ਸੋ ਇਸ ਇਮੇਜ ਨੂੰ ਆਪਾਂ ਕਿੱਦਾਂ ਅਟੈਂਪਟ ਕਰਾਂਗੇ? ਦ ਇਮੇਜ ਪ੍ਰੋਵਾਈਡਸ ਇਨਫੋਰਮੇਸ਼ਨ ਅਬਾਊਟ ਨੰਬਰ ਆਫ ਥਿੰਗਸ, ਦ ਸੈਂਟਰਲ ਥੀਮ ਡਿਪਿਕਟਡ ਇਨ ਦੀ ਗਿਵਨ ਇਮੇਜ ਇਜ਼ ਕੰਪਿਊਟਰ, ਫਸਟਲੀ ਦੀ ਇਮੇਜ ਗਿਵਸ ਇੰਪੋਰਟੈਂਟ ਇਨਫੋਰਮੇਸ਼ਨ ਅਬਾਊਟ ਦੀ ਲੈਫਟ ਸਾਈਡ ਐਂਡ ਦੀ ਰਾਈਟ ਸਾਈਡ, ਫਰਦਰ ਮੋਰ ਦੇਅਰ ਆਰ ਸਮ ਡਿਟੇਲਸ ਅਬਾਊਟ ਯੈਸ ਐਂਡ ਨੋ, ਮੋਰ ਓਵਰ ਵਿਦ ਇਨ ਦੀ ਡੇਟਾ ਦੇਅਰ ਆਰ ਸਮ ਫੈਕਟਸ ਅਬਾਊਟ ਦੀ ਸਿਟਿੰਗ ਪੋਜੀਸ਼ਨ ਐਂਡ ਦੀ ਕੀਬੋਰਡ, ਆਲਸੋ ਦੀ ਇਮੇਜ ਸੀਮਸ ਟੂ ਹੈਵ ਵੇਰੀਅਸ ਨੰਬਰਸ ਐਂਡ ਵੇਰੀਏਸ਼ਨਸ, ਵਨ ਐਲੀਮੈਂਟ ਸੀਮਸ ਟੂ ਬੀ ਮੈਕਸੀਮਮ, ਅਦਰ ਇਜ਼ ਮਿਨੀਮਮ, ਓਵਰਆਲ ਦ ਇਮੇਜ ਇਜ਼ ਵੈਰੀ ਇਨਫੋਰਮੇਟਿਵ। ਸੋ ਬੇਸਿਕਲੀ ਤੁਸੀਂ ਕੋਈ ਵੀ 8 ਕੀਵਰਡ ਲੈ ਕੇ ਉਹਨੂੰ ਆਰਾਮ ਦੇ ਨਾਲ ਫਲੂਐਂਟ ਜਿਹੜਾ ਵੇ ਨਾਲ ਬੋਲ ਦੇਣਾ ਜਿਵੇਂ ਅਸੀਂ ਹੁਣੇ ਕੀਤਾ। ਓਕੇ, ਸੋ ਦੂਸਰੇ ਨੰਬਰ ਤੇ ਜਿਹੜੀ ਆਪਾਂ ਇਮੇਜ ਕਰਾਂਗੇ ਰੈਂਡਮ, ਇਹ ਵੀ ਪੇਪਰ 'ਚ ਬਹੁਤ ਵਾਰ ਆਉਂਦੀ ਹੈ। ਸੋ ਜਿਵੇਂ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਇੱਕ ਹੱਟ ਬਾਰੇ ਇਨਫੋਰਮੇਸ਼ਨ ਦਿੱਤੀ ਗਈ ਆ। ਸਭ ਤੋਂ ਪਹਿਲੀ ਟਿਪ, ਜਦੋਂ ਵੀ ਤੁਸੀਂ ਇਸ ਰੈਂਡਮ ਇਮੇਜ ਨੂੰ ਦੇਖੋ, ਵੇਖੋ ਕੋਈ ਇਹੋ ਜਿਹਾ ਵਰਡ ਤਾਂ ਨਹੀਂ ਹੈ ਜਿਹੜਾ ਮੈਂ ਮਿਸਪ੍ਰੋਨਾਊਂਸ ਕਰ ਜੂੰਗਾ ਜਾਂ ਮੈਂ ਅਨਸ਼ੋਰ ਹਾਂ ਕਿ ਉਹਦੀ ਪ੍ਰੋਨਾਊਂਸੇਸ਼ਨ ਮੈਂ ਬੋਲ ਪਾਊਂਗਾ ਕਿ ਨਹੀਂ। ਅਗਰ ਕੋਈ ਲੱਗ ਰਿਹਾ ਉਸ ਵਰਡ ਨੂੰ ਐਲੀਮੀਨੇਟ ਕਰ ਦਿਓ। ਜਿਵੇਂ ਇਸ ਕੇਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਆਪਣੀ ਜਿਹੜੀ ਰਾਈਟ ਸਾਈਡ ਆ ਉਹਦੇ ਵਿੱਚ ਜਿਹੜਾ ਰੀਡ ਥੈਚ ਲਿਖਿਆ ਹੋਇਆ, ਕਈ ਬੱਚੇ ਰੀਡ ਵਰਡ ਤਾਂ ਬੋਲ ਰਹਿਣਗੇ, ਉਹਨਾਂ ਕੋਲ ਥੈਚ ਵਰਡ ਨਹੀਂ ਬੋਲਿਆ ਜਾਊਗਾ, ਤਾਂ ਤੁਸੀਂ ਉਹ ਵਰਡ ਜਿਹੜਾ ਹੈ ਉਹਨੂੰ ਸਕਿਪ ਕਰ ਸਕਦੇ ਹੋ, ਜਿਹੜਾ ਸਟਾਰਟਿੰਗ 'ਚ ਲਿਖਿਆ ਉਹ ਵਰਡ ਤੁਸੀਂ ਯੂਜ਼ ਕਰ ਸਕਦੇ ਹੋ। ਕਿੱਦਾਂ ਬੋਲ ਸਕਦੇ ਹਾਂ? ਦ ਇਮੇਜ ਪ੍ਰੋਵਾਈਡਸ ਇਨਫੋਰਮੇਸ਼ਨ ਅਬਾਊਟ ਦੀ ਆਇਰਨ ਏਜ ਹੱਟ, ਦ ਸੈਂਟਰਲ ਥੀਮ ਡਿਪਿਕਟਡ ਇਨ ਦੀ ਗਿਵਨ ਇਮੇਜ ਇਜ਼ ਦੀ ਲੈਫਟ ਸਾਈਡ ਐਂਡ ਦੀ ਰਾਈਟ ਸਾਈਡ, ਫਸਟਲੀ ਦੀ ਇਮੇਜ ਗਿਵਸ ਇੰਪੋਰਟੈਂਟ ਇਨਫੋਰਮੇਸ਼ਨ ਅਬਾਊਟ ਦੀ ਰਾਫਟਰ ਐਂਡ ਦੀ ਰੀਡ, ਫਰਦਰ ਮੋਰ ਦੇਅਰ ਆਰ ਸਮ ਡਿਟੇਲਸ ਅਬਾਊਟ ਦੀ ਟਰਫ ਵਾਲ ਐਂਡ ਦੀ ਗਰਾਊਂਡ ਲੈਵਲ, ਮੋਰ ਓਵਰ ਵਿਦ ਇਨ ਦੀ ਡੇਟਾ ਦੇਅਰ ਆਰ ਸਮ ਫੈਕਟਸ ਅਬਾਊਟ ਦੀ ਸੀਟ ਐਂਡ ਦੀ ਐਸ਼ਸ, ਆਲਸੋ ਦੀ ਇਮੇਜ ਸੀਮਸ ਟੂ ਹੈ ਵੇਰੀਅਸ ਨੰਬਰਸ ਐਂਡ ਵੇਰੀਏਸ਼ਨਸ, ਵਨ ਐਲੀਮੈਂਟ ਸੀਮਸ ਟੂ ਬੀ ਮੈਕਸੀਮਮ, ਅਦਰ ਇਜ਼ ਮਿਨੀਮਮ, ਓਵਰਆਲ ਦ ਇਮੇਜ ਇਜ਼ ਵੈਰੀ ਇਨਫੋਰਮੇਟਿਵ। ਸੋ ਟੂ ਦ ਪੁਆਇੰਟ ਆਪਾਂ ਬੋਲਿਆ ਆਟੋ, ਜਦੋਂ ਵੀ ਤੁਸੀਂ ਬੋਲਣਾ ਹੈ ਇੱਕਦਮ ਰਿਦਮ ਦੇ ਵਿੱਚ ਬੋਲੋ ਜਿੱਦਾਂ ਅੱਜ ਆਪਾਂ ਬੋਲਿਆ, ਐਂਡ ਹਰ ਇੱਕ ਲਾਈਨ ਤੇ ਬਾਅਦ ਤੁਸੀਂ 1 ਸੈਕਿੰਡ ਦਾ ਪੌਜ਼ ਲੈ ਸਕਦੇ ਹੋ, ਨੰਬਰ ਆਫ ਥਿੰਗਸ ਵਰਡ ਜਾਂ ਲੈਫਟ ਰਾਈਟ, ਇਹ ਤੁਸੀਂ ਕਿਸੇ ਵੀ ਜਿਹੜਾ ਤੁਹਾਡਾ ਰੈਂਡਮ ਇਮੇਜ ਉਹਦੇ ਵਿੱਚ ਯੂਜ਼ ਕਰ ਸਕਦੇ ਹੋ। ਓਕੇ।